ਪੰਜਾਬ ਦੀ ਅਮਰਿੰਦਰ ਸਰਕਾਰ ਗੁਰਚਰਨ ਸਿੰਘ ਟੋਹੜਾ ਦੀ ਬਰਸੀ ਤੇ ਉਹਨਾਂ ਦੇ ਜ਼ੱਦੀ ਪਿੰਡ ਟੋਹੜਾ ਦੇ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਪ੍ਰਬੰਧਿਤ ਕਰ ਰਹੀ ਹੈ ਤੇ ਕਾਂਗਰਸ ਸਰਕਾਰ ਦੇ ਵੱਲੋਂ ਟੋਹੜਾ ਦੀ ਬਰਸੀ ਮਨਾਉਣ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਗੁਰਚਰਨ ਸਿੰਘ ਟੋਹੜਾ ਦੀ ਬਰਸੀ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵੀ ਮਨਾਉਣ ਜਾ ਰਹੀ ਹੈ। 1 ਅਪ੍ਰੈਲ ਯਾਨੀ ਕਿ ਸ਼ਨੀਚਰਵਾਰ ਨੂੰ ਟੋਹੜਾ ਦੀ 13ਵੀਂ ਬਰਸੀ ਹੋਵੇਗੀ ਅਤੇ ਗੁਰਚਰਨ ਸਿੰਘ ਦੇ ਜੱਦੀ ਪਿੰਡ ਟੋਹੜਾ ਵਿੱਚ ਅਮਰਿੰਦਰ ਸਰਕਾਰ ਦੇ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਸੂਬਾ ਸਰਕਾਰ ਦੇ ਵੱਲੋਂ ਨਿਰਦੇਸ਼ ਦੇ ਦਿੱਤੇ ਗਏ ਨੇ। ਸਰਕਾਰ ਕਾਂਗਰਸ ਦੀ ਹੈ ਅਤੇ ਬਰਸੀ ਦਾ ਪ੍ਰੋਗਰਾਮ ਅਕਾਲੀ ਦਲ ਦੇ ਸੀਨੀਅਰ ਨੇਤਾ ਦਾ ਹੈ, ਲਿਹਾਜ਼ਾ ਇਸ ਤੇ ਸਿਆਸਤ ਵੀ ਭੱਗ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਟੋਹੜਾ ਭਾਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਪਰ ਉਹਨਾਂ ਦੀ ਸੋਚ ਅਤੇ ਨੀਅਤ ਚੰਗੀ ਸੀ। ਉਧਰ ਸਰਕਾਰ ਦੇ ਇਸ ਬਿਆਨ ਤੇ ਅਕਾਲੀ ਦਲ ਦੀ ਕੁਝ ਹੋਰ ਹੀ ਦਲੀਲ ਹੈ। ਸਵਰਗਵਾਸੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਉਹਨਾਂ ਦੇ ਸਨਮਾਨ 'ਚ ਕਿਉਂਕਿ ਸਰਕਾਰ ਆਈ ਹੈ, ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਹਮੇਸ਼ਾ ਸਨਮਾਨ ਦਿੰਦੇ ਰਹੇ ਨੇ। ਸੈਂਟਰ ਦੇ ਵਜ਼ੀਰ ਬਣਾਉਣ ਵਾਲਾ 25 ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਹੋਵੇ ਅਤੇ ਬਾਦਲਾਂ ਵਾਂਗੂ ਹੁੰਦਾ ਤਾਂ ਮੈਨੂੰ ਲੱਗਦਾ ਭਾਵੇਂ ਸੋਨੇ ਦੇ ਮਹਿਲ ਖੜ੍ਹੇ ਕਰ ਲੈਂਦੇ। ਉਹ ਬੰਦਾ ਸਾਦਗੀ 'ਚ ਗਿਆ ਹੈ, ਇਸ ਕਰਕੇ ਮੈਂ ਅੱਜ ਵੀ ਉਹਨੂੰ ਨਤਮਸਤਕ ਹੁੰਦਾ। ਕਾਂਗਰਸ ਪਾਰਟੀ ਦੇ ਮੂੰਹ ਇਹ ਗੱਲ ਫੱਬਦੀ ਰਹੀ। ਟੋਹੜਾ ਸਾਹਿਬ ਨੇ ਸਾਰੀ ਜ਼ਿੰਦਗੀ ਜਿਹੜਾ ਸੰਘਰਸ਼ ਕੀਤਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ। ਉਹ ਬਣਾ ਰਹੇ ਆ ਅਤੇ ਸਾਨੂੰ ਉਹਦੇ 'ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਸਰਕਾਰ ਬਣਾ ਰਹੀ ਹੈ। ਹੁਣ ਕਾਂਗਰਸ ਪਾਰਟੀ ਤਾਂ ਨਹੀਂ ਬਣਾ ਰਹੀ ਕਿਉਂਕਿ ਸਰਕਾਰੀ ਤੌਰ ਦੇ ਉੱਤੇ ਉਹਨਾਂ ਦੀ ਪਹਿਲਾਂ ਵੀ ਬਰਸੀ ਮਨਾਈ ਜਾਂਦੀ ਰਹੀ ਹੈ ਔਰ ਉਹੀ ਟ੍ਰੈਡੀਸ਼ਨ ਅੱਗੇ ਕੰਟੀਨਿਊ ਰੱਖੀ ਜਾ ਰਹੀ ਹੈ। ਚੰਗੀ ਗੱਲ ਹੈ। ਗੁਰਚਰਨ ਸਿੰਘ ਟੋਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਨ। ਉਹਨਾਂ ਦੀ ਸੋਚ ਅਤੇ ਇਮਾਨਦਾਰੀ ਦਾ ਹਰ ਕੋਈ ਕਾਇਲ ਰਿਹਾ। ਹੁਣ ਅਮਰਿੰਦਰ ਸਰਕਾਰ ਵੀ ਉਹਨਾਂ ਦੇ ਸਨਮਾਨ ਵਿੱਚ 1 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਟੋਹੜਾ ਵਿੱਚ ਉਹਨਾਂ ਦੀ ਬਰਸੀ ਤੇ ਪ੍ਰੋਗਰਾਮ ਕਰ ਰਹੀ ਹੈ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।